ਅਸਲਾਮ ਵਾਲੇਕੁਮ ਜੀ, ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਮੈਂ ਤੁਹਾਨੂੰ ਲੈ ਕੇ ਆਇਆ ਇੱਕ ਇਸਲਾਮਿਕ ਸ਼ੋਪ 'ਤੇ। UK 'ਚ ਇੱਕ ਐਸੀ ਇਸਲਾਮਿਕ ਸ਼ੋਪ ਹੈ ਜਿੱਥੇ ਤੁਹਾਨੂੰ ਇਸਲਾਮਿਕ ਹਰ ਕਿਸਮ ਦੀ ਚੀਜ਼ ਮਿਲ ਜਾਏਗੀ। ਔਰ ਮੈਂ ਜਦੋਂ ਇਸ ਸ਼ੋਪ ਦਾ ਵਿਜ਼ਿਟ ਕੀਤਾ, ਮੈਨੂੰ ਤਾਂ ਬਹੁਤ ਹੀ ਅੱਛਾ ਲੱਗਿਆ, ਬੜਾ ਨਾਈਸ ਫੀਲ ਹੋਇਆ। ਔਰ ਮੇਰਾ ਦਿਲ ਕੀਤਾ, ਮੈਂ ਕਿਹਾ ਇਹਦੇ 'ਤੇ ਇੱਕ ਵਲੌਗ ਬਣਾਵਾਂ ਪ੍ਰੋਪਰ, ਤਾਂ ਕਿ ਜਿੰਨੇ ਵੀ ਵੇਖਣ ਵਾਲੇ ਨੇ ਉਹਨਾਂ ਨੂੰ ਪਤਾ ਚੱਲੇ ਕਿ UK 'ਚ ਅਗਰ ਇਸਲਾਮਿਕ ਕੋਈ ਵੀ ਚੀਜ਼ ਚਾਹੀਦੀ ਹੈ, ਕੁਰਾਨ ਪਾਕ ਚਾਹੀਦਾ, ਹਿਜਾਬ ਚਾਹੀਦਾ, ਕੋਈ ਇਸਲਾਮਿਕ ਕਿਤਾਬ ਚਾਹੀਦੀ ਹੈ, ਕੁਛ ਵੀ ਚਾਹੀਦਾ, ਅਤੇ ਜਨਾਬ ਤੁਸੀਂ ਇਸ ਸ਼ੋਪ 'ਤੇ ਆਓ, ਬਹੁਤ ਅੱਛੀ ਸ਼ੋਪ ਹੈ, ਤੁਹਾਨੂੰ ਇੱਥੋਂ ਹਰ ਕਿਸਮ ਦੀ ਇਸਲਾਮਿਕ ਚੀਜ਼ ਮਿਲ ਜਾਏਗੀ। ਅਤੇ ਆ ਜਾਓ ਮੇਰੇ ਨਾਲ। ਇਹ ਦੇਖੋ, ਇਹ ਬਾਹਰ ਇਹਨਾਂ ਦਾ ਡਿਸਪਲੇ ਦੇਖੋ, ਕਿੱਡਾ ਸੋਹਣਾ ਅਤੇ ਪਿਆਰਾ ਬਣਾਇਆ ਇਹਨਾਂ ਨੇ, ਬੜਾ ਹੀ ਨਾਈਸ ਜਿਹਾ ਨਾ ਇਹਨਾਂ ਨੇ ਡਿਸਪਲੇ ਬਣਾਇਆ ਬਾਹਰ। ਇਹ ਦੇਖੋ ਤੁਸੀਂ, ਇਹਨਾਂ ਨੇ ਸੀਨਰੀਆਂ ਲਾਈਆਂ ਨੇ ਕਿਤੇ, ਜੋ ਵੀ ਕਹਿੰਦੇ ਆ ਇਹਨਾਂ ਨੂੰ। ਅਤੇ ਇਹ ਦੇਖੋ ਨਾਲ ਇਹਨਾਂ ਨੇ ਡਿਸਪਲੇ ਕੀਤੇ ਨੇ ਹਿਜਾਬ ਦੇ, ਔਰ ਜਿਹੜੇ ਜੁੱਬੇ ਨੇ ਲੇਡੀਜ਼ ਕੀ ਕਹਿੰਦੇ ਨੇ, ਗਾਊਨ ਕਹਿੰਦੇ ਨੇ, ਜੁੱਬੇ ਕਹਿੰਦੇ ਨੇ, ਜੋ ਵੀ ਹੈ, ਤੁਸੀਂ ਵੇਖੀ ਜਾਓ ਆਪ ਹੀ, ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਦਾ ਪ੍ਰੋਪਰ ਨਹੀਂ ਪਤਾ। ਔਰ ਲੇਡੀਜ਼ ਦੇ ਨੇ ਅਤੇ ਜੈਂਟਸ ਵੀ ਹੈ ਨੇ ਇਹਨਾਂ ਕੋਲ ਅੰਦਰ। ਆ ਜਾਓ ਅੰਦਰ ਚੱਲੀਏ। ਇਹ ਜਨਾਬ ਇਹਨਾਂ ਦਾ ਡੋਰ ਹੈ ਆਟੋ, ਲੈਫਟ ਸਾਈਡ 'ਤੇ ਤੁਸੀਂ ਜਦੋਂ ਐਂਟਰ ਹੁੰਦੇ ਹੋ ਤਾਂ ਇਹ ਕੁਰਾਨੇ ਪਾਕ ਲੱਗੇ ਹੋਏ ਨੇ। ਔਰ ਇੱਕ ਅੱਛੀ ਗੱਲ ਹੈ ਵੇ ਕਿ UK ਦੇ ਵਿੱਚ ਕੁਰਾਨੇ ਪਾਕ ਇਹਨਾਂ ਨੇ ਰੱਖੇ ਨੇ, ਇੰਗਲਿਸ਼ ਟਰਾਂਸਲੇਸ਼ਨ 'ਚ ਵੀ ਰੱਖੇ ਨੇ, ਤਾਂ ਕਿ UK 'ਚ ਜ਼ਿਆਦਾ ਤੁਹਾਨੂੰ ਪਤਾ ਇੰਗਲਿਸ਼ ਬੋਲੀ ਜਾਂਦੀ ਹੈ, ਅਤੇ ਇੰਗਲਿਸ਼ ਟਰਾਂਸਲੇਸ਼ਨ ਵਾਲੇ ਕੁਰਾਨੇ ਪਾਕ ਵੀ ਪਏ ਨੇ। ਇਹ ਉੱਤੇ ਸੀਨਰੀਆਂ ਵੇਖ ਸਕਦੇ ਹੋ, ਵੱਡੀਆਂ ਵੱਡੀਆਂ, ਬੜੀਆਂ ਖੂਬਸੂਰਤ, ਬੜੀਆਂ ਅੱਛੇ ਅੱਛੇ ਨਾਮ ਲਿਖੇ ਨੇ, ਬੜੀਆਂ ਅੱਛੀਆਂ ਚੀਜ਼ਾਂ, ਬਹੁਤ ਅੱਛੇ ਅੱਛੇ ਨਾਮ ਦੀਆਂ ਤੁਹਾਨੂੰ ਮਿਲ ਜਾਂਦੀਆਂ ਨੇ। ਇਹ ਦੇਖੋ ਤੁਸੀਂ, ਇਹ ਵੀ ਤੁਸੀਂ ਲੈ ਸਕਦੇ ਹੋ। ਥੱਲੇ ਇਹਨਾਂ ਨੇ ਥਰਮੋਸ ਪਏ ਨੇ ਚਾਏ ਵਾਲੇ, ਇਹ ਵੀ ਤੁਸੀਂ ਲੈ ਸਕਦੇ ਹੋ। ਬਹੁਤ ਵਰਾਇਟੀ ਇਹਨਾਂ ਦੀ ਸ਼ੋਪ ਦੇ ਉੱਤੇ ਤੁਹਾਨੂੰ ਲੱਭੇਗੀ। ਅੱਗੇ ਆ ਜਾਓ, ਇਹ ਦੇਖੋ ਜ਼ਰਾ ਕਿੱਡੀ ਖੂਬਸੂਰਤ ਲੱਗ ਰਹੀਆਂ ਸਾਰੀਆਂ ਚੀਜ਼ਾਂ। ਇਹ ਦੇਖੋ ਜਨਾਬ, ਇਹ ਟਿਸ਼ੂ ਵਾਸਤੇ ਇਹਨਾਂ ਨੇ ਇਹ ਵੀ ਰੱਖੇ ਨੇ, ਖਾਲੀ ਬੋਕਸ ਟਿਸ਼ੂ ਦੇ। ਅਤੇ ਇਹ ਦੇਖੋ ਜੀ, ਇਹ ਚਾਏ ਵਾਲੇ ਕੱਪ, ਇਹਨਾਂ 'ਤੇ ਬੜੀ ਖੂਬਸੂਰਤ ਚੀਜ਼ਾਂ ਲਿਖੀਆਂ ਨੇ, ਤੁਸੀਂ ਇਹ ਵੀ ਲੈ ਸਕਦੇ ਹੋ, ਚਾਏ ਵਾਸਤੇ ਇਸਤੇਮਾਲ ਕਰ ਸਕਦੇ ਹੋ ਇਹਨਾਂ ਨੂੰ। ਅਤੇ ਇਹ ਤੁਸੀਂ ਪੇਂਟਿੰਗ ਦੇਖੋ, ਇਹ ਸੀਨਰੀਆਂ ਕਿੱਡੀਆਂ ਖੂਬਸੂਰਤ ਨੇ ਔਰ ਬਹੁਤ ਹੀ ਕਲਰਫੁੱਲ ਨੇ। ਔਰ ਇਹ ਦੇਖੋ, ਇਹ ਪੰਜ ਸੂਰਾ, ਇਹ ਸੈਪਰੇਟ ਸੂਰਾ ਅਗਰ ਕਿਸੇ ਨੂੰ ਚਾਹੀਦੀ, ਸੂਰਾ ਯਾਸੀਨ ਔਰ ਮੁਖਤਲਿਫ ਕਿਸਮ ਦੀਆਂ ਦੁਆਵਾਂ ਜਿਸ ਤਰ੍ਹਾਂ ਸਾਨੂੰ ਜ਼ਰੂਰਤ ਹੁੰਦੀ ਹੈ, ਸੈਪਰੇਟ ਸੈਪਰੇਟ ਸਾਨੂੰ ਮਿਲ ਜਾਣ, ਉਹ ਵੀ ਇਹਨਾਂ ਕੋਲ ਮਿਲ ਜਾਏਗੀ ਤੁਹਾਨੂੰ। ਔਰ ਇੱਥੇ ਹਰ ਚੀਜ਼ ਤੁਹਾਨੂੰ ਦਸਤਿਆਬ ਹੈ। ਇਹ ਦੇਖੋ, ਸੂਰਾ ਯੂਸਫ, ਸੂਰਾ ਵਾਕਿਆ, ਸੂਰਤੁਲ ਜੁਮਾ, ਸੂਰਤੁਲ ਤੌਬਾ, ਮਤਲਬ ਅਗਰ ਸੈਪਰੇਟ ਸੂਰਤ ਚਾਹੀਦੀ ਇੱਧਰ ਆ ਜਾਓ। ਇਹ ਕੁਰਾਨੇ ਪਾਕ ਲੱਗੇ ਹੈ ਜੇ, ਅਰਬੀ ਵਾਲੇ, ਇੰਗਲਿਸ਼ ਵਾਲੇ, ਅਤੇ ਹਰ ਕਿਸਮ ਦੇ ਕੁਰਾਨੇ ਪਾਕ ਤੁਹਾਨੂੰ ਇੱਧਰੋਂ ਮਿਲ ਜਾਣਗੇ। ਇਹ ਦੇਖੋ ਤੁਸੀਂ, ਇਹ ਵੇਖ ਸਕਦੇ ਹੋ ਤੁਸੀਂ, ਦੇਖੋ ਮਾਸ਼ਾਅੱਲਾ ਕਿੰਨੇ ਖੂਬਸੂਰਤ ਕੁਰਾਨੇ ਪਾਕ ਨੇ। ਔਰ ਇਹ ਦੇਖੋ, ਉਰਦੂ ਦੀਆਂ ਅਗਰ ਕਿਤਾਬਾਂ ਚਾਹੀਦੀਆਂ ਬੱਚਿਆਂ ਵਾਸਤੇ, ਬੱਚਿਆਂ ਨੂੰ ਉਰਦੂ ਸਿਖਾਉਣ ਵਾਸਤੇ, ਅਤੇ ਜਨਾਬ ਇਹ ਚੀਜ਼ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਇਹਨਾਂ ਕੋਲ ਉਹ ਵੀ ਮਿਲ ਜਾਂਦੀ ਹੈ। ਇਹ ਉਰਦੂ ਦਾ ਕਾਇਦਾ ਹੈ। ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਵਾ, ਇਹ ਯਸਰੁਲ ਕੁਰਾਨ ਪਿਆ, ਯਸਰਨਾ ਕੁਰਾਨ ਵੀ ਜਿਹਨੂੰ ਕਹਿੰਦੇ ਅਸੀਂ ਪੜ੍ਹਨੇ ਹੁੰਦੇ ਸਾਂ, ਤੁਸੀਂ ਵੀ ਸ਼ਾਇਦ ਪੜ੍ਹਿਆ ਹੋਵੇ ਜਦੋਂ ਕੁਰਾਨੇ ਪਾਕ ਸਿੱਖਣਾ ਸ਼ੁਰੂ ਕਰੀਦਾ ਨਾ, ਅਤੇ ਬੇਸਿਕ ਇਹ ਹੁੰਦਾ। ਇਹ ਜਨਾਬ, ਇਹ ਜੇ ਇੰਗਲਿਸ਼ ਟਰਾਂਸਲੇਸ਼ਨ ਵਾਲੇ ਕੁਰਾਨੇ ਪਾਕ ਪਏ ਨੇ, ਅਗਰ ਤੁਸੀਂ ਕਿਸੇ ਨੂੰ ਗਿਫਟ ਕਰਨਾ ਜਿਹਨੂੰ ਇੰਗਲਿਸ਼ ਸਮਝ ਆਉਂਦੀ ਹੈ ਅਤੇ ਉਹਨੂੰ ਅਰਬੀ ਜਾਂ ਉਰਦੂ ਨਹੀਂ ਆਉਂਦੀ, ਤਾਂ ਤੁਸੀਂ ਇਹ ਇੱਕ ਬਿਹਤਰੀਨ ਤੋਹਫਾ ਹੈ ਉਹਦੇ ਵਾਸਤੇ, ਇਹ ਤੁਸੀਂ ਉਹਨੂੰ ਦੇ ਸਕਦੇ ਹੋ ਇੱਥੋਂ ਲੈ ਕੇ। ਔਰ ਇਹਦਾ ਤੁਹਾਨੂੰ ਸਵਾਦ ਵੀ ਮਿਲੇਗਾ, ਇਹ ਇਸਲਾਮਿਕ ਸਟੱਡੀਜ਼ ਨੇ ਔਰ ਇਹਦੇ 'ਚ ਕਾਫੀ ਸਾਰੀ ਇਸਲਾਮਿਕ ਮਾਲੂਮਾਤ ਤੋਂ ਰਿਲੇਟਿਡ ਇਹਨਾਂ ਕੋਲ ਇਹ ਕਿਤਾਬਾਂ ਦੇਖੀਆਂ ਮੈਂ, ਬੜੀਆਂ ਅੱਛੀਆਂ ਅੱਛੀਆਂ ਅਤੇ ਬੜੀਆਂ
ਮੇਰੇ ਖਿਆਲ ਨਾਲ ਤਾਂ ਬਹੁਤ ਹੀ ਹੈਲਪਫੁਲ ਨੇ ਔਰ ਬਹੁਤ ਅੱਛੀ ਵਰਾਇਟੀ ਇਹਨਾਂ ਦੀ ਸ਼ੋਪ ਦੇ ਉੱਤੇ। ਡਿਸਪਲੇ ਇਹਨਾਂ ਨੇ ਬੜਾ ਅੱਛਾ ਕੀਤਾ ਹੈ ਜਨਾਬ, ਬਹੁਤ ਹੀ ਅੱਛਾ ਡਿਸਪਲੇ ਕੀਤਾ। ਇਹ ਜੁੱਬੇ ਲੱਗੇ ਜੇ ਔਰ ਇਹ ਤੁਸੀਂ ਖਾਲੀ ਬੋਕਸ ਨੇ ਕੁਰਾਨੇ ਪਾਕ ਦੇ ਬੜੇ ਖੂਬਸੂਰਤ ਨੇ। ਇਹ ਤੁਹਾਨੂੰ ਮੈਂ ਦੂਸਰੀ ਸਾਈਡ 'ਤੇ ਵੀ ਦਿਖਾਉਂਦਾ ਵਾਂ, ਇੱਧਰ ਆ ਜਾਓ। ਇਹ ਦੇਖੋ ਜੀ, ਦੇਖੋ ਤਰ੍ਹਾਂ ਕਿੱਡਾ ਖੂਬਸੂਰਤ ਵਿਊ ਹੈ। ਇਹ ਦੇਖੋ, ਇਹ ਕਿੱਡੇ ਸੋਹਣੇ ਬੋਕਸ ਪਏ ਨੇ ਮਾਸ਼ਾਅੱਲਾ। ਅਗਰ ਕਿਸੇ ਨੂੰ ਕੁਰਾਨੇ ਪਾਕ ਗਿਫਟ ਕਰਨਾ ਤੁਸੀਂ ਇਹਦੇ ਵਿੱਚ ਉਹਦੇ ਪਾ ਕੇ ਅਤੇ ਗਿਫਟ ਕਰੋ ਤਾਂ ਕਿੱਡਾ ਅੱਛਾ ਲੱਗੇਗਾ ਔਰ ਅਗਲੇ ਬੰਦੇ ਨੂੰ ਵੀ ਅੱਛਾ ਲੱਗੇਗਾ ਔਰ ਗਿਫਟ ਜਿੰਨੇ ਅੱਛੇ ਤਰੀਕੇ ਨਾਲ ਦਿੱਤਾ ਜਾਵੇ ਉਨਾ ਹੀ ਅੱਛਾ ਲੱਗਦਾ। ਇਹ ਦੇਖੋ ਜਨਾਬ, ਇਹ ਘੜੀਆਂ ਵੀ ਹੈ ਨੇ ਇਹਨਾਂ ਕੋਲ ਔਰ ਕਿੱਡੇ ਖੂਬਸੂਰਤ ਨਾਮ ਲਿਖੇ ਨੇ ਘੜੀਆਂ ਦੇ ਉੱਤੇ। ਤੁਸੀਂ ਜਦੋਂ ਘਰ ਦੇ ਵਿੱਚ ਲਾਓ ਔਰ ਘੜੀ ਵੱਲ ਵੇਖੋ ਤਾਂ ਵੇਖਣ ਦਾ ਸਵਾਬ ਅਤੇ ਟਾਈਮ ਦਾ ਟਾਈਮ ਵੇਖ ਸਕਦੇ ਹੋ ਤੁਸੀਂ। ਠੀਕ ਹੈ ਜੀ, ਇਹ ਜਾਇਨਮਾਸ ਪੇ ਨੇ, ਇਹਨਾਂ ਕੋਲ ਜਾਇਨਮਾਸ ਮਿਲ ਜਾਣਗੇ। ਇਹ ਦੇਖੋ ਤੇਰਾ ਉਹ ਦੂਰ ਤੱਕ ਇਹਨਾਂ ਦਾ ਡਿਸਪਲੇ ਵੇ। ਤੁਹਾਨੂੰ ਮੈਂ ਦੂਸਰੀ ਸਾਈਡ ਵੀ ਦਿਖਾਉਂਦਾ ਵਾਂ, ਪਹਿਲੇ ਤੁਹਾਨੂੰ ਮੈਂ ਇਹ ਸਾਈਡ ਦਿਖਾ ਲਵਾਂ ਪੂਰੀ ਕੰਪਲੀਟ। ਇਹ ਦੇਖੋ ਜੀ, ਇਹ ਫਿਰ ਆ ਗਏ ਅਸੀਂ ਇਹਨਾਂ ਸਾ ਇਹ ਜੁੱਬੇ ਲੱਗੇ ਜੇ ਡਿਫਰੈਂਟ ਡਿਫਰੈਂਟ। ਇੱਧਰ ਚੱਲਦੇ ਆਓ, ਚੱਲਦੇ ਆਓ। ਇਹ ਦੇਖੋ ਜੀ, ਇਹ ਉਹ ਲੱਗੇ ਨੇ ਮੇਰੇ ਹੱਲ ਕੁਛ ਚੀਜ਼ਾਂ ਨੇ ਜਿਨ੍ਹਾਂ 'ਚ ਕੋਈ ਚੀਜ਼ ਪਾ ਕੇ ਰੱਖੋ ਨਾ ਤਾਂ ਖੁਸ਼ਬੂ ਆਉਂਦੀ ਰਹਿੰਦੀ ਹੈ। ਇਸ ਤੋਂ ਇਲਾਵਾ ਜਨਾਬ, ਇਹਨਾਂ ਕੋਲ ਬੋਡੀ ਸਪਰੇਅ ਨੇ, ਇਹ ਦੇਖੋ ਤੁਸੀਂ ਸਾਰੇ, ਔਰ ਇਹ ਅਲਕੋਹਲ ਫਰੀ ਨੇ ਬੋਡੀ ਸਪਰੇਅ ਜਿਹੜੇ ਨਾ, ਇਹਨਾਂ ਕੋਲੋਂ ਤੁਹਾਨੂੰ ਇਹ ਮਿਲਣਗੇ ਸਪੈਸ਼ਲ। ਤੁਸੀਂ ਵੇਖ ਸਕਦੇ ਹੋ ਇਹ ਸਾਰੇ ਲੱਗੇ ਨੇ ਔਰ ਇੱਧਰ ਆ ਜਾਓ। ਇਹ ਕੁਰਾਨੇ ਪਾਕ ਰੱਖਣ ਵਾਸਤੇ ਰੇਲਾਂ ਵੀ ਪਈਆਂ ਇਹਨਾਂ ਕੋਲ, ਬੜੀਆਂ ਬੜੀਆਂ ਸੋਹਣੀਆਂ ਅਤੇ ਬੜੀਆਂ ਨਾਈਸ ਰੇਲਾਂ ਨੇ। ਮੈਂ ਤੁਹਾਨੂੰ ਦਿਖਾਉਂਦਾ ਵਾਂ, ਇਹ ਤੁਹਾਨੂੰ ਖੋਲ੍ਹ ਕੇ ਵੀ ਦਿਖਾਉਂਦਾ ਇੱਕ। ਇਹ ਦੇਖੋ ਜ਼ਰਾ, ਇਹ ਜਨਾਬ ਜਦੋਂ ਅਸੀਂ ਛੋਟੇ ਹੁੰਦੇ ਸਾਂ ਨਾ ਅਤੇ ਸਪਾਰਾ ਪੜਨ ਜਾਂਦੇ ਸਾਂ ਅਤੇ ਅਸੀਂ ਰੇਲ ਲੈ ਕੇ ਜਾਂਦੇ ਸਾਂ, ਨਾਲ ਕੁਰਾਨੇ ਪਾਕ ਲੈ ਕੇ ਜਾਂਦੇ ਸਾਂ ਅਤੇ ਇਸ ਤਰ੍ਹਾਂ ਰੱਖਦੇ ਸਾਂ ਅਸੀਂ। ਅਤੇ ਉਸ ਤੋਂ ਬਾਅਦ ਤੁਸੀਂ ਅੱਗੇ ਆ ਜਾਓ ਜੀ। ਇਹ ਦੇਖੋ, ਇਹ ਵੀ ਸਾਰੇ ਸਪਰੇਅ ਲੱਗੇ ਹੋਏ ਨੇ। ਹੁਣ ਮੈਂ ਤੁਹਾਨੂੰ ਘੜੀਆਂ ਦਾ ਨਜ਼ਾਰਾ ਕਰਾਉਂਦਾ। ਇਹ ਦੇਖੋ, ਇਹ ਸਾਰੀਆਂ ਘੜੀਆਂ ਲੱਗੀਆਂ ਜਾਂ ਕਿਹੜੀਆਂ ਸੋਹਣੀਆਂ ਸੋਹਣੀਆਂ ਅਤੇ ਹਰ ਕਿਸਮ ਦੀਆਂ ਘੜੀਆਂ ਨੇ ਇਹਨਾਂ ਕੋਲ। ਠੀਕ ਹੈ ਜੀ, ਇਹ ਵੇਖ ਸਕਦੇ ਹੋ ਤੁਸੀਂ ਕਿੱਡਾ ਨਾਈਸ ਵਿਊ ਹੈ। ਇਹ ਦੇਖੋ, ਇਹ ਵੀ ਲੱਗੇ ਨੇ ਅਬਾਇਆ ਕਹਿ ਰਹੇ ਹਾਂ, ਜੁੱਬੇ ਵਾਸਕਟਾਂ ਵੀ ਨੇ ਇਹਨਾਂ ਕੋਲ, ਵੇਸਕੋਟ ਜਾਂ ਵਾਸਕਟ ਜੋ ਵੀ ਕਹਿੰਦੇ ਹੋ। ਠੀਕ ਹੈ ਜੀ, ਇਹ ਬੱਚਿਆਂ ਦੇ ਨੇ ਜੁੱਬੇ, ਬੱਚਿਆਂ ਦੇ ਜੁੱਬੇ ਵੀ ਮਿਲ ਜਾਂਦੇ ਨੇ, ਇਹ ਛੋਟੇ ਬੱਚਿਆਂ ਦੇ ਵੀ ਮਿਲ ਜਾਣਗੇ। ਇਹ ਘੜੀ ਵੇਖੋ ਕਿੱਡੀ ਸੋਹਣੀ ਹੈ, ਅਤੇ ਇਸ ਸਾਈਡ 'ਤੇ ਆ ਜਾਓ। ਇਹ ਦੇਖੋ ਜੀ, ਇਹ ਵੱਡੇ ਵੱਡੇ ਸੀਨਰੀਆਂ ਔਰ ਵੱਡੇ ਤੋਂ ਵੱਡੀ ਜਗ੍ਹਾ ਵਾਸਤੇ ਇੱਥੇ ਪਈਆਂ ਨੇ ਸੀਨਰੀਆਂ। ਔਰ ਜਨਾਬ ਇਹ ਦੇਖੋ ਜੀ, ਇੱਧਰ ਚੇਂਜਿੰਗ ਰੂਮ ਹੈ ਸ਼ਾਇਦ, ਇੱਧਰ ਸ਼ੀਸ਼ਾ ਵੀ ਲੱਗਿਆ, ਤੁਸੀਂ ਇਹਨੂੰ ਪਾ ਕੇ ਅਤੇ ਇੱਧਰ ਆਪਣੇ ਆਪ ਨੂੰ ਵੇਖ ਸਕਦੇ ਹੋ ਕਿ ਤੁਸੀਂ ਕਿਹੋ ਜਿਹੇ ਲੱਗਦੇ ਪਏ ਹੋ। ਅਤੇ ਵੇਖੋ ਮੈਂ ਕਿਹੋ ਜਿਹਾ ਲੱਗਣਾ ਪਿਆ, ਥੋੜ੍ਹਾ ਜਿਹਾ ਮੂੰਹ ਘੁੱਟਿਆ। ਇਹ ਸਾਰੀਆਂ ਚੀਜ਼ਾਂ ਲੱਗੀਆਂ ਸੇਲ ਵਾਲੀਆਂ, ਇਹ ਵੀ ਤੁਸੀਂ ਲੈ ਸਕਦੇ ਹੋ। ਇਹ ਮੇਰਾ ਖਿਆਲ ਹੈ ਜਿਹੜੀ ਕੋਈ ਰਹਿ ਜਾਂਦੀ ਹੈ ਨਾ ਚੀਜ਼ ਘੱਟੀ ਵੱਧੀ, ਉਹਨੂੰ ਫਿਰ ਔਫਰ 'ਚ ਲਾ ਦਿੰਦੇ ਨੇ। ਇਹ ਲੱਗੀਆਂ ਸੇਲ, ਇਹਨਾਂ ਨੇ ਸਪੈਸ਼ਲ ਲਿਖ ਕੇ ਵੀ ਲਾਇਆ। ਇਸ ਸਾਈਡ 'ਤੇ ਆ ਜਾਓ। ਅੱਛਾ, ਇਹ ਸੀੜੀਆਂ ਪਈਆਂ ਜੇ ਦੇਖੋ ਜ਼ਰਾ, ਨਾਤਾਂ ਦੀਆਂ। ਇਹਦੇ 'ਚ ਕਾਫੀ ਸਾਰੇ ਜਿਹੜੇ ਨਾਥ ਖਾਨ ਨੇ ਉਹਨਾਂ ਦੀਆਂ ਸੀੜੀਆਂ ਇਹਨਾਂ ਕੋਲ ਮਿਲਣਗੀਆਂ। ਨਮਾਜ਼ ਦੀਆਂ ਕਾਫੀ ਚੀਜ਼ਾਂ ਦੀਆਂ ਸੀੜੀਆਂ ਪਈਆਂ ਨੇ, ਉਹ ਅਗਰ ਤੁਹਾਨੂੰ ਚਾਹੀਦੀਆਂ ਉਹ ਵੀ ਮਿਲ ਜਾਣਗੀਆਂ। ਇਹ ਪਏ ਨੇ ਛੋਟੇ ਛੋਟੇ ਬੈਗ ਨੇ, ਅਤੇ ਇਹ ਬੈਗ ਤੋਂ ਇਲਾਵਾ ਇੱਧਰ ਆ ਜਾਓ ਜੀ ਦੂਸਰੀ ਸਾਈਡ 'ਤੇ, ਇਹ ਉਹੀ ਲੱਗੇ ਹੋਏ ਨੇ। ਕਰੀਮਾਂ ਵੀ ਨੇ ਇਹਦੇ 'ਚ, ਲੋਸ਼ਨ ਵੀ ਨੇ, ਇਸਲਾਮਿਕ ਹੀ ਹੋਣਗੇ ਸ਼ਾਇਦ। ਇਹ ਵੀ ਇੱਧਰ ਹੈ, ਦੇਖੋ ਜਨਾਬ ਕਿੱਡੀਆਂ ਸੋਹਣੀਆਂ ਤਸਵੀਆਂ ਲੱਗੀਆਂ ਹੈ, ਡਿਫਰੈਂਟ ਡਿਫਰੈਂਟ ਕਲਰਸ ਨੇ ਇਹਨਾਂ 'ਚ ਔਰ ਛੋਟੇ ਸਾਈਜ਼ ਵੱਡੇ ਸਾਈਜ਼ ਹਰ ਕਿਸਮ ਦੀਆਂ ਤਸਵੀਆਂ ਪਈਆਂ ਨੇ ਇੱਥੇ। ਔਰ ਇੱਕ ਹੋਰ ਬੜੀ ਸੋਹਣੀ ਚੀਜ਼ ਹੈ, ਪਿਆਰੀ ਕਢਾਈ ਵਾਲੀ, ਇਹ ਦੇਖੋ ਕੀ ਰਿੰਗ, ਬੜੇ ਬੜੇ ਸੋਹਣੇ ਕੀ ਰਿੰਗ ਪੇਜ ਹੈ।
ਇਹ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਕੋਲੋਂ। ਹੁਣ ਆ ਜਾਓ ਲੇਡੀਜ਼ ਸਾਈਡ 'ਤੇ, ਇਹ ਦੇਖੋ ਜੀ, ਇਹ ਤੁਹਾਨੂੰ ਦਿਖਾਉਂਦੇ ਹਾਂ ਪਹਿਲੇ ਸ਼ੋਲਡਰ ਬੈਗ, ਲੇਡੀਜ਼ ਦੇ ਸ਼ੋਲਡਰ ਬੈਗ ਨੇ ਪਿਆਰੇ ਪਿਆਰੇ ਕਢਾਈ ਵਾਲੇ। ਅਤੇ ਇੱਧਰ ਆ ਜਾਓ, ਇਹ ਇਹਨਾਂ 'ਤੇ ਲੱਗੇ ਨੇ ਸੇਲ ਵਾਲੇ, ਕਲੀਅਰੈਂਸ ਸੇਲ ਆਈ, ਸਟੋਕ ਕਲੀਅਰੈਂਸ ਲਿਖੀ ਆ ਇਹਦੇ ਉੱਤੇ। ਇਹ ਮਤਲਬ ਇਹਨਾਂ ਦਾ ਹੁਣ ਇਹਨੇ ਜਿਹੜੇ ਕਲੀਅਰ ਕਰਨਾ ਚਾਹ ਰਹੇ ਨੇ, ਸਸਤੇ ਲਾਏ ਹੋਣਗੇ ਨਾ, ਪ੍ਰਾਈਸ ਵੀ ਘੱਟ। ਅਤੇ ਇਹ ਦੇਖੋ ਇਹ ਹਿਜਾਬ ਕਿੱਡੇ ਸੋਹਣੇ ਸੋਹਣੇ ਲੱਗੇ ਹੋਏ ਨੇ, ਲੇਡੀਜ਼ ਜੁੱਬੇ। ਅਤੇ ਇਹ ਦੇਖੋ ਸਾਰੀ ਜਿਹੜੀ ਨਾ ਲੇਡੀਜ਼ ਸੈਕਸ਼ਨ ਹੈ, ਹੋਰ ਇੱਕ ਤੋਂ ਇੱਕ ਵੱਧ ਸੋਹਣਾ ਲੱਗਿਆ ਹੈ। ਮੈਂ ਉਂਝ ਹੀ ਕਹਿੰਦਾ ਹੁੰਦਾ ਪਿਆਰਾ ਕਢਾਈ ਵਾਲਾ, ਇਹਨਾਂ 'ਤੇ ਸੱਚੀ ਮੁੱਚੀ ਕਢਾਈ ਹੋਈ ਹੈ। ਇਹ ਦੇਖੋ ਜੀ ਇਹ ਹਿਜਾਬ ਲੱਗੇ ਨੇ, ਔਰ ਇੱਧਰ ਦੇਖੋ ਇਹ ਉਹੀ ਲੇਡੀਜ਼ ਸਾਰੇ। ਇਹ ਕਿਹਾ ਬੜਾ ਸੋਹਣਾ ਲੱਗਿਆ ਮੈਨੂੰ, ਸਿੰਗਲ ਲੱਗਿਆ ਹੈ, ਇਹ ਵੀ ਸੋਹਣਾ, ਇਹਦਾ ਡਿਜ਼ਾਇਨ ਵੀ ਸੋਹਣਾ, ਇਹ ਵੇਖੋ ਤੁਸੀਂ ਵੇਖ ਸਕਦੇ ਹੋ। ਅਤੇ ਇਹ ਦੇਖੋ ਇਹ ਡਮੀ 'ਤੇ ਲਾਏ ਨੇ ਹਿਜਾਬ, ਸਕਾਫ ਜਾਂ ਹਿਜਾਬ ਜੋ ਵੀ ਹੈ। ਅਤੇ ਇਹਨਾਂ ਦੇ ਕਲਰਸ ਨੇ ਬਹੁਤ ਸਾਰੇ ਕਲਰ ਨੇ, ਬੜੀ ਵਰਾਇਟੀ ਹੈ, ਤੁਸੀਂ ਵੇਖ ਸਕਦੇ ਹੋ। ਅਤੇ ਇਹ ਪੂਰੀ ਸ਼ੈਲਫ ਵਿੱਚ ਰੱਖੇ ਹੋਏ ਨੇ ਸਾਰੇ ਇਹਨਾਂ ਨੇ, ਦੂਰ ਤੱਕ ਇਹ ਉੱਤੇ ਵੀ ਦੇਖੋ, ਉੱਤੇ ਇਹਨਾਂ ਨੇ ਲਾ ਕੇ ਰੱਖੇ ਹੋਏ ਨੇ ਕਿ ਅਗਰ ਤੁਸੀਂ ਲਵੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਲੱਗੇਗਾ ਲੈਣ ਤੋਂ ਬਾਅਦ। ਅਤੇ ਬਾਕੀ ਇਹਨਾਂ ਨੇ ਸ਼ੈਲਫਾਂ ਦੇ ਅੰਦਰ ਰੱਖੇ ਹੋਏ ਨੇ, ਠੀਕ ਹੈ ਜੀ। ਤੁਸੀਂ ਵੇਖਦੇ ਜਾਓ ਅਤੇ ਮੇਰੇ ਨਾਲ ਨਾਲ ਅੱਗੇ ਆਉਂਦੇ ਜਾਓ। ਹੁਣ ਥੋੜ੍ਹਾ ਜਿਹਾ ਆ ਜਾਓ ਇਸ ਸਾਈਡ 'ਤੇ, ਇਹ ਦੇਖੋ ਜ਼ਰਾ ਕਿੱਡਾ ਸੋਹਣਾ ਲੱਗ ਰਿਹਾ ਸਾਈਡ ਹੈ ਉੱਤੇ, ਸ਼ੈਲਫ 'ਚ ਉਹ ਪਏ ਨੇ ਹਿਜਾਬ। ਅਤੇ ਇਹ ਦੇਖੋ ਸਾਰੇ ਸੋਹਣੀਆਂ ਸੋਹਣੀਆਂ ਉੱਤੇ ਸੀਨਰੀਆਂ, ਅਤੇ ਮਾਸ਼ਾਅੱਲਾ ਕਿੱਡਾ ਸੋਹਣਾ ਲੱਗਦਾ ਪਿਆ। ਹਾਂਜੀ ਵੇਖੋ ਜ਼ਰਾ ਸ਼ੋਪ, ਇਹਨਾਂ ਦੀ ਬੜੀ ਜ਼ਬਰਦਸਤ ਸ਼ੋਪ ਹੈ, ਬਹੁਤ ਹੀ ਸੋਹਣੀ ਸ਼ੋਪ ਹੈ, ਬੜੀ ਤੁਹਾਨੂੰ ਇੱਕ ਯੂਨੀਕ ਜੀ ਸ਼ੋਪ ਲੱਗੇਗੀ, ਠੀਕ ਹੈ ਜੀ। ਅਤੇ ਮੈਂ ਕਿਹਾ ਤੁਹਾਨੂੰ ਥੋੜ੍ਹਾ ਘੁੰਮਦੇ ਫਿਰਦੇ ਆਪਣੀ ਸ਼ਕਲ ਵੀ ਦਿਖਾ ਦਿਆਂ ਮੈਂ, ਇਹ ਮੈਂ ਕਿਹਾ ਇੱਕ ਚੱਕਰ ਲਾਵਾਂ ਥੋੜ੍ਹਾ ਜਿਹਾ, ਇਹ ਚੀਜ਼ਾਂ ਤੁਹਾਨੂੰ ਦਿਖਾਈਆਂ ਵੈਸੇ ਪਹਿਲੇ ਮੈਂ, ਅਤੇ ਵੈਸੇ ਹੀ ਥੋੜ੍ਹਾ ਜਿਹਾ ਮੈਂ ਇਹਦਾ ਰਾਊਂਡ ਕਰ ਰਿਹਾ ਸਾਂ। ਅਤੇ ਮੈਂ ਕਿਹਾ ਦੁਬਾਰਾ ਇੱਕ ਦਫ਼ਾ ਫਿਰ ਮੈਂ ਵੇਖਾਂ, ਸ਼ਾਇਦ ਕਿਸੇ ਚੀਜ਼ ਦੀ ਜ਼ਰੂਰਤ ਪੈ ਜਾਵੇ, ਕਦੀ ਜ਼ਰੂਰਤ ਪੈ ਹੀ ਜਾਂਦੀ ਹੈ ਨਾ, ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿਹੜੀ ਚੀਜ਼ ਕਿੱਥੇ ਪਈ ਹੈ। ਅਤੇ ਬਹਰਹਾਲ ਜੀ ਮੈਨੂੰ ਬੜਾ ਚੰਗਾ ਲੱਗਿਆ ਇਹਨਾਂ ਦੀ ਇਸ ਸ਼ੋਪ ਦੇ ਉੱਤੇ ਆ ਕੇ, ਔਰ ਬੜਾ ਦਿਲ ਖੁਸ਼ ਹੋਇਆ ਕਿ UK ਦੇ ਵਿੱਚ ਵੀ ਇਹੋ ਜਿਹੀ ਚੀਜ਼ ਸਾਨੂੰ ਮਿਲ ਸਕਦੀ ਹੈ ਆਸਾਨੀ ਦੇ ਨਾਲ। ਔਰ ਇੱਧਰ ਬੱਚਿਆਂ ਦੀ ਲੱਗੀਆਂ ਨੇ ਸਵੀਟਸ, ਕੈਂਡੀ, ਬੱਚਿਆਂ ਨੇ ਵੀ ਤਾਂ ਫਿਰ ਖੁਸ਼ ਹੋਣਾ ਹੈ ਨਾ, ਤੁਸੀਂ ਬੱਚਿਆਂ ਨੂੰ ਖੁਸ਼ ਕਰ ਸਕਦੇ ਹੋ ਇੱਥੇ, ਇਹ ਚੀਜ਼ਾਂ ਉਹਨਾਂ ਨੂੰ ਲੈ ਕੇ ਦੇ ਕੇ। ਆ ਦੇਖੋ ਜੀ ਇਹ ਤੁਹਾਨੂੰ ਫਾਈਨਲ ਵਿਊ ਦਿਖਾਵਾਂ, ਇਹ ਕੋਈ ਗਿਫਟ ਪੈਕ ਕਰਨਾ ਅਤੇ ਉਸ ਟਾਈਪ ਦੀਆਂ ਟੋਕਰੀਆਂ ਨੇ,